ਹਾਂਜੀ ਦੋਸਤੋ, ਕੀ ਹਾਲ ਚਾਲ ਨੇ, ਸਵਾਗਤ ਕਰਦੇ ਹਾਂ ਬੋਲੀਵੁੱਡ ਤੜਕਾ ਵਿੱਚ। ਅਤੇ ਅੱਜ ਦੀ ਵੀਡੀਓ 'ਤੇ ਆਪਾਂ ਕੁਝ ਖਾਸ ਗੱਲਾਂ 'ਤੇ ਚਰਚਾ ਕਰਾਂਗੇ, ਅਤੇ ਜੁੜੇ ਰਹੋ ਅੰਤ ਤੱਕ ਆਪਣੇ ਨਾਲ ਇਸ ਵੀਡੀਓ ਦੇ ਵਿੱਚ। ਦੋਸਤੋ, ਜਿਵੇਂ ਕਿ ਸਭ ਨੂੰ ਪਤਾ ਹੀ ਹੈ, ਪੰਜਾਬ ਦੇ 90% ਲੋਕ ਬਾਹਰ ਜਾਣ ਦੀ ਸੋਚ ਵਿੱਚ ਹੀ ਬੈਠੇ ਹੁੰਦੇ ਨੇ। ਹਰ ਦੂਜੇ ਬੰਦੇ ਦੇ ਮੂੰਹੋਂ ਇਹੀ ਸੁਣਿਆ ਜਾਂਦਾ ਕਿ ਅਸੀਂ ਤਾਂ ਬਾਹਰ ਜਾਣਾ, ਚਾਹੇ ਜੋ ਮਰਜ਼ੀ ਹੋ ਜਾਵੇ, ਜਿੱਥੇ ਮਰਜ਼ੀ ਸਾਨੂੰ ਜਾਣਾ ਪਵੇ, ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਪਰ ਅਸੀਂ ਤਾਂ ਜੀ ਬਾਹਰ ਹੀ ਜਾਣਾ। ਅੱਜ ਕੱਲ੍ਹ ਲੋਕਾਂ ਦੀ ਸੋਚ ਬਸ ਬਾਹਰ ਜਾਣ 'ਤੇ ਹੀ ਟਿਕੀ ਹੋਈ ਹੈ, ਪਰ ਉਹ ਇਹ ਨਹੀਂ ਸੋਚਦੇ ਕਿ ਹਾਂ ਅਸੀਂ ਇੱਥੇ ਕੁਝ ਵਧੀਆ ਕੰਮ ਕਰ ਲਈਏ ਤਾਂ ਸਾਡਾ ਇੱਥੇ ਵਧੀਆ ਗੁਜ਼ਾਰਾ ਹੋ ਜਾਵੇ, ਪਰ ਨਹੀਂ, ਬਾਹਰ ਜਾਣ ਦਾ ਹੀ ਸ਼ੌਂਕ ਹੈ ਸਾਰੀ ਦੁਨੀਆ ਨੂੰ। ਅਤੇ ਇਹ ਸ਼ੌਂਕ ਪੂਰਾ ਕਰਨ ਲਈ ਬਾਬੇ ਬੈਠੇ ਨੇ ਪੰਜਾਬ 'ਚ, ਜਿਹੜੇ ਕਿ ਹਰ ਇੱਕ ਬੰਦੇ ਨੂੰ ਬਾਹਰ ਭੇਜ ਦਿੰਦੇ ਨੇ। ਇੱਕ ਵਾਰ ਇੱਕ ਗ੍ਰੰਥੀ ਸਿੰਘ ਨੇ ਇਹ ਗੱਲ ਕਹੀ ਸੀ ਕਿ ਬਾਬੇ ਕੋਲ ਲੋਕ ਜਾਂਦੇ ਨੇ ਅਤੇ ਕਹਿੰਦੇ ਨੇ ਸਾਡਾ ਵੀਜ਼ਾ ਨਹੀਂ ਲੱਗਦਾ, ਵੀਜ਼ਾ ਲਗਵਾ ਦਿਓ ਜੀ। ਅਤੇ ਕਹਿੰਦੇ ਉਹ ਭੋਲੇ ਲੋਕਾਂ ਨੂੰ ਕੀ ਪਤਾ ਕਿ ਬਾਬੇ ਦੀ ਤਾਂ ਆਪ 3 ਵਾਰ ਰਿਫਿਊਜ਼ਲ ਆਈ ਹੋਈ ਹੈ। ਬਾਬੇ ਦਾ ਭਾਵੇਂ ਆਪ ਵੀਜ਼ਾ ਨਾ ਲੱਗਦਾ ਹੋਵੇ, ਪਰ ਲੋਕਾਂ ਦੇ ਪਾਸਪੋਰਟ 'ਤੇ ਤਾਂ ਇੱਦਾਂ ਲਿਖਦੇ ਨੇ ਜਿਵੇਂ ਕਿ ਉਹ ਅੰਬੈਸੀ ਵਿੱਚ ਲੱਗੇ ਹੁੰਦੇ ਨੇ। ਅਤੇ ਇਸੇ ਗੱਲ 'ਤੇ ਅਰਜਨ ਢਿੱਲੋਂ ਨੇ ਵੀ ਸੋਚ ਸਮਝ ਕੇ ਬਾਬਾ ਵਾਲਾ ਗਾਣਾ ਲਿਖਿਆ ਹੈ, ਕਿਉਂਕਿ ਅੱਜ ਕੱਲ੍ਹ ਸਭ ਦਿਖ ਹੀ ਰਿਹਾ ਹੈ, ਬਾਬੇ ਰੋਲਸ ਰੋਇਸ ਗੱਡੀਆਂ 'ਚ ਘੁੰਮ ਰਹੇ ਨੇ, ਗੂਚੀ ਤੋਂ ਥੱਲੇ ਬਾਬੇ ਗੱਲ ਨਹੀਂ ਕਰਦੇ, ਅਤੇ ਜਿੱਥੇ ਵੀ ਬਾਬਾ ਦਿਖੇ ਸਾਰੀ ਦੁਨੀਆ ਬਾਬੇ ਦੇ ਪੈਰਾਂ 'ਚ ਜਾ ਕੇ ਵੱਜਦੀ ਹੈ। ਸਾਲੇ ਲੋਕਾਂ ਨੇ ਕਦੇ ਚਾਹੇ ਆਪਣੇ ਮਾਂ ਪਿਓ ਦੇ ਪੈਰੀਂ ਹੱਥ ਨਾ ਲਾਏ ਹੋਵੇ, ਪਰ ਭੱਜ ਕੇ ਬਾਬੇ ਦੇ ਪੈਰੀਂ ਹੱਥ ਜ਼ਰੂਰ ਲਾਉਂਦੇ। ਕੋਈ ਬਾਬੇ ਦੇ ਪੱਖੀਆਂ ਝੱਲਦਾ ਅਤੇ ਕੋਈ ਪੈਰ ਘੁੱਟ ਰਿਹਾ ਹੁੰਦਾ। ਉੱਪਰੋਂ ਲੋਕ ਵੱਡੀਆਂ ਵੱਡੀਆਂ ਬਾਬਿਆਂ ਕੋਲ ਮੰਗਾਂ ਰੱਖਦੇ ਨੇ, ਸਾਡੇ ਤਾਂ ਜੀ ਲੜਾਈ ਹੁੰਦੀ ਹੈ, ਇਹ ਹੁੰਦਾ, ਉਹ ਹੁੰਦਾ। ਸਾਲੀ ਆਪਣੀ ਜਵਾਨ ਕੰਟਰੋਲ ਨਹੀਂ ਕਰ ਹੁੰਦੀ, ਲੜਾਈ ਤਾਂ ਹੋਣੀ ਹੀ ਹੈ, ਬਾਬਾ ਕਿਵੇਂ ਲੜਾਈ ਰੋਕ ਦੂਗਾ, ਉਹਦੇ ਘਰ ਤਾਂ ਆਪ ਨਿੱਤ ਕਲੇਸ਼ ਪੈਂਦਾ ਹੁੰਦਾ। ਅਤੇ ਕਈ ਲੋਕ ਬਾਬੇ ਕੋਲ ਜਾਂਦੇ ਨੇ ਕਿ ਸਾਡਾ ਮੁੰਡਾ ਸ਼ਰਾਬ ਪੀਂਦਾ ਜੀ, ਸਾਡਾ ਘਰ ਵਾਲਾ ਸ਼ਰਾਬ ਪੀਂਦਾ, ਉਹਦੀ ਸ਼ਰਾਬ ਛਡਵਾ ਦਿਓ, ਅਤੇ ਚਾਹੇ ਬਾਬਾ ਆਪ 2 ਪੈਗ ਲਾ ਕੇ ਸੌਂਦਾ ਹੋਵੇ। ਅਤੇ ਬਾਹਰ ਜਾਣ ਦਾ ਕੀੜਾ ਤਾਂ ਬਹੁਤ ਲੋਕਾਂ 'ਚ ਹੁੰਦਾ, ਉਹ ਇਹ ਨਹੀਂ ਕਹਿੰਦੇ ਕਿ ਹਾਂਜੀ ਸਾਡਾ ਇੱਥੇ ਕੰਮ ਵਧੀਆ ਚੱਲੇ, ਅਸੀਂ ਆਪਣੇ ਟੱਬਰ ਦੇ ਨਾਲ ਰਹੀਏ, ਪਰ ਨਹੀਂ, ਅਸੀਂ ਤਾਂ ਬਾਹਰ ਜਾਣਾ ਹੀ, ਜੋ ਮਰਜ਼ੀ ਹੋ ਰਹੀ ਹੈ, ਉੱਥੇ ਦਿਹਾੜੀ ਕਰਨੀ ਪਵੇ, ਜੋ ਮਰਜ਼ੀ ਕਰਨਾ ਪਵੇ, ਬਸ ਬਾਬੇ ਸਾਨੂੰ ਬਾਹਰ ਭੇਜ ਦੇਵੇ। ਅਤੇ ਹਾਲ ਹੀ ਵਿੱਚ ਅਸੀਂ ਵੀ ਇੱਕ ਮੈਡਮ ਦੀ ਇੰਟਰਵਿਊ ਦੇਖੀ ਜਿਸ ਨੇ ਇਹ ਬਾਬੇ ਵਾਲੀ ਗੱਲ ਕੀਤੀ, ਅਤੇ ਉਸਨੇ ਕਿਹਾ ਕਿ ਮੈਂ ਵੀ ਇੱਕ ਬਾਬੇ ਕੋਲ ਬਹੁਤ ਜਾਂਦੀ ਸੀ, ਆਪਾਂ ਉਸਦਾ ਨਾਮ ਤਾਂ ਨਹੀਂ ਲੈ ਸਕਦੇ, ਅਤੇ ਉਸਨੇ ਕਿਹਾ ਕਿ ਬਾਬੇ ਕੋਲ ਉਹ ਲਗਾਤਾਰ ਜਾਂਦੀ ਸੀ ਕਿ ਮੇਰਾ ਵੀਜ਼ਾ ਲੱਗ ਜਾਵੇ, ਅਤੇ ਬਾਬੇ ਨੇ ਕਿਹਾ ਤੇਰਾ ਵੀਜ਼ਾ ਲੱਗ ਜਾਵੇਗਾ, ਪਰ ਕੁਝ ਦਿਨਾਂ ਬਾਅਦ ਪਤਾ ਚੱਲਿਆ ਕਿ ਰਿਫਿਊਜ਼ਲ ਆ ਚੁੱਕੀ ਹੈ, ਅਤੇ ਉਸ ਤੋਂ ਬਾਅਦ ਬਾਬਾ ਕਹਿੰਦਾ ਮੈਨੂੰ 10 ਦਿਨ ਦਾ ਟਾਈਮ ਦੇ ਅਤੇ ਤੇਰਾ ਵੀਜ਼ਾ ਦੁਬਾਰਾ ਆਇਆ ਖੜਾ ਹੈ, ਤੂੰ ਬਸ ਤਿਆਰੀ ਕਰ। ਅਤੇ ਦੂਜੀ ਵਾਰ ਵੀ ਉਸ ਕੁੜੀ ਦੀ ਰਿਫਿਊਜ਼ਲ ਆ ਜਾਂਦੀ ਹੈ, ਅਤੇ ਉਸ ਕੁੜੀ ਨੇ ਦੱਸਿਆ ਕਿ ਉਹ ਡੇਰੇ ਵਿੱਚ ਬੈਠ ਕੇ ਹੀ ਰੋ ਰਹੀ ਸੀ, ਅਤੇ ਉਸਨੇ ਕਿਹਾ ਕਿ ਮੈਨੂੰ ਇੰਨੀ ਕੁ ਤਾਂ ਅਕਲ ਆ ਚੁੱਕੀ ਹੈ ਕਿ ਕਿਸੇ ਬਾਬੇ ਦੇ ਚੱਕਰਾਂ 'ਚ ਨਾ ਪਵੋ, ਜੇ ਜਾਣਾ ਤਾਂ ਚਲੇ ਹੀ ਜਾਣਾ, ਕਿਸੇ ਬਾਬੇ ਨੇ ਨਹੀਂ ਭੇਜਣਾ, ਉਹ ਤਾਂ ਬਸ ਤੁੱਕੇ ਹੁੰਦੇ ਨੇ, ਜੇ ਲੱਗ ਗਿਆ ਨਹੀਂ ਨਾ ਸਹੀ, ਬਾਬਾ ਤਾਂ ਬਸ ਇੱਦਾਂ ਹੀ ਕਹਿ ਦਿੰਦਾ ਕਿ ਹਾਂਜੀ ਤੁਸੀਂ ਜ਼ਰੂਰ ਪਹੁੰਚ ਜਾਵੋਗੇ। ਬਾਕੀ ਬੰਦੇ ਨੂੰ ਆਪਣੀ ਮਿਹਨਤ 'ਤੇ ਯਕੀਨ ਰੱਖਣਾ ਚਾਹੀਦਾ, ਕਿਸੇ ਬਾਬੇ 'ਤੇ ਨਹੀਂ। ਬਾਹਰ ਜਾਣਾ ਮਾੜੀ ਗੱਲ ਨਹੀਂ, ਪਰ ਬਾਬੇ ਦੇ ਚੱਕਰਾਂ ਵਿੱਚ ਪੈਣਾ ਮਾੜੀ ਗੱਲ ਹੁੰਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਬੋਲੀਵੁੱਡ ਤੜਕਾ।